ਹਾਂਜੀ, ਵੈਲਕਮ ਇਨ ਮਾਈ ਕਲਾਸ ਗੁਪਤਾ ਅਕੈਡਮੀ ਮਲੋਟ। ਹਾਂਜੀ, ਆਪਾਂ ਕਲਾਸ ਪਲੱਸ 1 ਕੈਮਿਸਟਰੀ ਕਰ ਰਹੇ ਹਾਂ, ਚੈਪਟਰ 2 ਸਟਰਕਚਰ ਆਫ ਐਟਮ। ਹਾਂਜੀ, ਡੇ 6 ਹੈ ਆਪਣਾ। ਲਾਸਟ ਲੈਕਚਰ ਵਿੱਚ ਆਪਾਂ ਰਦਰਫੋਰਡ ਮਾਡਲ ਕੀਤਾ ਸੀਗਾ, ਉਸਦੇ ਡਰੋਬੈਕਸ ਕੀਤੇ ਸੀਗੇ, ਠੀਕ ਹੈ ਜੀ। ਅੱਜ ਮੈਂ ਤੁਹਾਨੂੰ ਇੱਕ ਕਨਸੈਪਟ ਲੈ ਕੇ ਆਇਆ, ਕਨਸੈਪਟ ਆਫ ਐਨਰਜੀ ਲੈਵਲ ਔਰ ਔਰਬਿਟਲ ਜਾਂ ਔਰਬਿਟਸ ਦੀ ਗੱਲ ਕਰਾਂਗੇ। ਹਾਂਜੀ, ਜੋ ਰਦਰਫੋਰਡ ਦਾ ਡਰਾਬੈਕ ਸੀ, ਜੋ ਆਪਣੇ ਕੋਲ ਡਰਾਬੈਕ ਸੀ, ਕਿਸ ਦਾ? ਰਦਰਫੋਰਡ ਦਾ। ਹਾਂਜੀ, ਰਦਰਫੋਰਡ ਕਹਿੰਦਾ ਸੀਗਾ ਵੀ ਕੋਈ ਵੀ ਜੋ ਆਪਣੇ ਕੋਲ ਸੈਂਟਰ ਵਿੱਚ ਆਪਣੇ ਕੋਲ ਨਿਊਕਲੀਅਸ ਹੋਏਗਾ, ਜੋ ਉਸਦਾ ਜੋ ਇਲੈਕਟ੍ਰੋਨ ਹੋਏਗਾ ਉਹ ਕੀ ਹੈ, ਰਿਵੋਲਵ ਹੁੰਦਾ ਨਿਊਕਲੀਅਸ ਦੇ ਵਿੱਚ ਡਿੱਗ ਜਾਏਗਾ। ਬਟ ਉਹ ਜੋ ਆਪਣੇ ਕੋਲ ਕੰਡੀਸ਼ਨ ਸੀ, ਆਪਣੇ ਕੋਲ ਰੋਂਗ ਹੋ ਚੁੱਕੀ ਸੀ। ਹਾਂਜੀ, ਉਸ ਤੋਂ ਬਾਅਦ ਆਪਣੇ ਕੋਲ ਇੱਕ ਨੀਲ ਬੋਹਰ ਆਇਆ ਸੀ, ਸਾਇੰਟਿਸਟ ਸੀ ਆਪਣੇ ਕੋਲ ਨੀਲਸ ਬੋਹਰ। ਉਸਨੇ ਕੀ ਕੀਤਾ ਆਪਾਂ ਨੂੰ, ਉਹ ਇੱਕ ਫਿਜਿਕਸਟਿਸਟ ਦਾ ਸਾਇੰਟਿਸਟ ਸੀਗਾ ਆਪਣੇ ਕੋਲ, ਠੀਕ ਹੈ ਜੀ, ਫਿਜਿਕਸਟ ਸੀ ਆਪਣੇ ਕੋਲ। ਉਸਨੇ 1993 ਦੇ ਵਿੱਚ ਇੱਕ ਮਾਡਲ ਦੱਸਿਆ ਸੀ, ਮਾਡਲ ਆਫ ਐਟਮ ਵਿਚ ਵਾਜ ਬੇਸਡ ਅਪੋਨ ਪਲੈਂਕਸ ਕੁਆਂਟਮ ਥਿਊਰੀ। ਪਲੈਂਕਸ ਕੁਆਂਟਮ ਥਿਊਰੀ, ਹਾਂਜੀ, ਪਲੈਂਕਸ ਕੁਆਂਟਮ ਥਿਊਰੀ ਬਾਰੇ ਆਪਾਂ ਥੋੜ੍ਹਾ ਜਿਹਾ ਕੀਤਾ ਸੀ। ਇਹ ਰੇਡੀਏਸ਼ਨ ਦੇ ਬੇਸ 'ਤੇ ਸੀ, ਠੀਕ ਹੈ ਜੀ, ਰੇਡੀਏਸ਼ਨ ਦੇ ਬੇਸ ਉੱਤੇ ਸੀ। ਜੇ ਵੀਡੀਓ ਪਸੰਦ ਆਏ ਤੁਸੀਂ ਇਸਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਹਾਂਜੀ, ਜੋ ਆਪਣੇ ਕੋਲ ਨਿਊ ਮਾਡਲ ਆ ਗਿਆ ਸੀ, ਜੋ ਆਪਣੇ ਕੋਲ ਨਿਊ ਮਾਡਲ ਸੀ, ਉਸਨੂੰ ਆਪਾਂ ਬੋਹਰ ਮਾਡਲ ਕਿਹਾ ਸੀ, ਬੋਹਰਸ ਮਾਡਲ ਆਫ ਐਟਮ। ਹਾਂਜੀ, ਇਸ ਬਾਰੇ ਆਪਾਂ ਥੋੜ੍ਹਾ ਜਿਹਾ ਆਪਾਂ ਇਸਦੇ ਪੋਸਟੂਲੇਟ ਕਰਾਂਗੇ। ਹਾਂਜੀ, ਪੋਸਟੂਲੇਟ ਹੈ ਆਪਣੇ ਕੋਲ ਬੋਹਰ ਥਿਊਰੀ ਦੇ। ਪੋਸਟੂਲੇਟ ਆਫ ਬੋਹਰ ਥਿਊਰੀ, ਹਾਂਜੀ, ਮੈਂ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਥੋੜ੍ਹਾ ਜਿਹਾ ਡਿਸਕਸ ਕਰ ਦਿੰਦਾ। ਪੋਸਟੂਲੇਟ ਕੀ ਕਹਿ ਰਿਹਾ ਆਪਣੇ ਕੋਲ? ਹਾਂਜੀ, ਇਸ ਵਿੱਚ ਆਪਾਂ ਪੋਸਟੂਲੇਟ ਕਰਾਂਗੇ, ਪੋਸਟੂਲੇਟ ਆਫ ਬੋਹਰ ਥਿਊਰੀ। ਜੋ ਆਪਣੇ ਕੋਲ ਫਸਟ ਪੁਆਇੰਟ ਹੈ, ਕਹਿ ਰਿਹਾ ਐਨ ਐਟਮ ਕੰਸਿਸਟ ਆਫ ਅ ਸਮਾਲ ਹੈਵੀ ਪੋਜ਼ਿਟਿਵਲੀ ਚਾਰਜ ਨਿਊਕਲੀਅਸ ਇਨ ਦਾ ਸੈਂਟਰ ਸਰਾਊਂਡਡ ਬਾਏ ਇਲੈਕਟ੍ਰੋਨ। ਕਹਿੰਦਾ ਜੋ ਆਪਣੇ ਕੋਲ ਇੱਕ ਪੋਜ਼ਿਟਿਵਲੀ ਚਾਰਜ ਹੋਏਗਾ ਹੈਵੀ, ਉਸਦੇ ਆਸੇ ਪਾਸੇ ਜੋ ਆਪਣੇ ਕੋਲ ਔਰਬਿਟਲਸ ਹੋਣਗੇ, ਉਸ ਵਿੱਚ ਇਲੈਕਟ੍ਰੋਨ ਆਪਣੇ ਕੋਲ ਕੀ ਕਰਨਗੇ ਜੀ, ਮੂਵ ਕਰਨਗੇ। ਇਨ ਐਨ ਐਟਮ ਰਿਜ਼ੋਲਵ ਅਰਾਊਂਡ ਦਾ ਨਿਊਕਲੀਅਸ, ਕਹਿੰਦਾ ਜੋ ਆਪਣੇ ਕੋਲ ਨਿਊਕਲੀਅਸ ਹੈ, ਇਸਦੇ ਆਸੇ ਪਾਸੇ ਇਲੈਕਟ੍ਰੋਨ ਰਿਵੋਲਵ ਕਰਨਗੇ। ਓਨਲੀ ਇਨ ਦਾ ਸਰਟਨ ਸਿਲੈਕਟਡ ਸਰਕੂਲਰ ਪਾਥ, ਇਹ ਆਪਣੇ ਕੋਲ ਜੋ ਪਾਥ ਹੋਏਗਾ ਸਿਲੈਕਟਡ ਹੋਏਗਾ, ਵਿਚ ਹੈਵ ਦਾ ਫਿਕਸ ਵੈਲਿਊ ਆਫ ਰੇਡੀਅਸ ਐਂਡ ਐਨਰਜੀ, ਉਹਨਾਂ ਦੀ ਜੋ ਰੇਡੀਅਸ ਹੋਏਗਾ ਸੈਂਟਰ ਤੋਂ ਮੀਨਸ ਨਿਊਕਲੀਅਸ ਤੋਂ, ਉਹ ਸਾਰੇ ਪਾਸੇ ਸੇਮ ਹੋਏਗਾ, ਤੋ ਜੋ ਉਹਨਾਂ ਦੀ ਐਨਰਜੀ ਹੋਏਗੀ ਉਹ ਵੀ ਆਪਣੇ ਕੋਲ ਸੇਮ ਹੋਏਗੀ। ਦੀਜ ਪਾਥ ਆਰ ਕਾਲਡ ਔਰਬਿਟਸ, ਇਸ ਜੋ ਆਪਾਂ ਸਰਕੂਲਰ ਪਾਥ ਨੂੰ ਕਵਾਂਗੇ ਜਿਹਦੇ ਵਿੱਚ ਇਲੈਕਟ੍ਰੋਨ ਰਿਵੋਲਵ ਕਰਦੇ ਆ, ਉਸ ਨੂੰ ਆਪਾਂ ਔਰਬਿਟਸ ਕਵਾਂਗੇ। ਦੀਜ ਔਰਬਿਟਸ ਆਰ ਐਸੋਸੀਏਟਡ ਵਿਦ ਡਿਫੀਨੈਟ ਐਨਰਜੀ, ਇਹਨਾਂ ਕੋਲ ਇੱਕ ਡੈਫੀਨੈਟ ਐਨਰਜੀ ਹੋਏਗੀ, ਉਸ ਨੂੰ ਆਪਾਂ ਕੀ ਕਵਾਂਗੇ, ਐਨਰਜੀ ਸ਼ੈੱਲ ਕਵਾਂਗੇ ਜਾਂ ਉਸ ਨੂੰ ਆਪਾਂ ਐਨਰਜੀ ਲੈਵਲ ਕਵਾਂਗੇ। ਹਾਂਜੀ, ਇਸ ਵਿੱਚ ਜੋ ਆਪਣੇ ਕੋਲ ਸੈਕਿੰਡ ਪੁਆਇੰਟ ਹੈ, ਕੀ ਕਹਿ ਰਿਹਾ ਸੈਕਿੰਡ ਪੁਆਇੰਟ ਦੇ ਵਿੱਚ, ਦ ਐਨਰਜੀ ਆਫ ਐਨ ਇਲੈਕਟ੍ਰੋਨ ਇਨ ਦਾ ਔਰਬਿਟ ਡਜ਼ ਨੋਟ ਚੇਂਜ ਵਿਦ ਟਾਈਮ। ਟਾਈਮ ਜਿੰਨਾ ਮਰਜ਼ੀ ਚੇਂਜ ਹੋ ਜੇ, ਪਰ ਜੋ ਆਪਣੇ ਕੋਲ ਇਲੈਕਟ੍ਰੋਨ ਦੀ ਐਨਰਜੀ ਹੈ ਉਹ ਚੇਂਜ ਨਹੀਂ ਹੋਏਗੀ। ਥਰਡ ਪੁਆਇੰਟ ਹੈ, ਓਨਲੀ ਦੋਜ਼ ਔਰਬਿਟਲ ਆਰ ਪਰਮਿਟਡ ਇਨ ਦੋਜ਼ ਐਂਗੂਲਰ ਮੋਮੈਂਟਮ ਆਫ ਐਨ ਇਲੈਕਟ੍ਰੋਨ ਇਜ਼ ਏ ਹੋਲ ਨੰਬਰ ਮਲਟੀਪਲ ਆਫ ਐਚ ਬਾਏ 2π। ਦੇਖੋ ਜੀ, ਜੋ ਕਹਿੰਦਾ ਔਰਬਿਟਲ ਹੈ ਆਪਣੇ ਕੋਲ, ਉਹ ਸਿਰਫ ਉਹੀ ਚੀਜ਼ ਪਰਮਿਟ ਕਰਨਗੇ ਐਂਗੂਲਰ ਮੋਮੈਂਟਮ
जिन्हों का जो इलैक्ट्रॉन होएगा वह होल मल्टीपल नंबर कि होएगा एच बाय टू पाई का, जो इस विच एच है अपने कोल प्लैंक्स कॉन्सटेंट होएगा। मैं प्लैंक कॉन्सटेंट तुहानू लास्ट लैक्चर विच दस चुकिया सी जिदे विच आपां फोटो इलैक्ट्रिक इफेक्ट किया सी। हाँ जी, बोहर की कहिंदा सी जो एंगुलर मोमेंटम होएगा एम वी आर वह होल मल्टीपल होएगा अपने कोल एच बाय टू पाई का। इहदा की मतलब है भी एम वी आर इज इक्वल टू एन टाइम एच बाय टू पाई। देखो एन अपने कोल कोई भी अपने कोल नंबर हो सकता है, इंटीजर्स हो सकता है, ठीक है जी, जिसकी वैल्यू 1, 2, 3, 4 अप टू 100 ऑन मूव कर सकती है। जे मैं एन की वैल्यू 1 फिल कर दिया इस विच ता मेरे कोल एच बाय टू पाई बन जाएगा। जे मैं एन की वैल्यू 2 फिल कर दा ता मेरे कोल 2 एच बाय टू पाई, मीनस 2 नाल 2 कैंसल, मीनस एच डिवाइड बाय पाई बन जाएगा। जे मैं एन की वैल्यू 3 फिल कर दा ता मेरे कोल 3 एच बाय टू पाई अपने कोल इसकी जो वैल्यू है अपने कोल आ जाएगी। ए वैल्यू अपने कोल क्वांटाइज रहेगी, इसनों आप कहेंगे क्वांटाइजेशन ऑफ एंगुलर मोमेंटम। हाँ जी, तुसी इसनों नोट्स बना लेना, स्क्रीनशॉट वगैरह ले लेना। हाँ जी, नेक्स्ट है अपने कोल फोर्थ पॉइंट, द एनर्जी इज एमिटेड और एब्जॉर्ब्ड ओनली वैन द इलैक्ट्रॉन जंप फ्रॉम वन एनर्जी लैवल टू एनदर। इसका की मतलब है एनर्जी उदों ही अमिट होएगी जां एब्जॉर्ब होएगी जदों एक इलैक्ट्रॉन जंप करेगा एक एनर्जी शैल तो दूसरे एनर्जी शैल दे विच। मान लो मैं इत्थे तुहानू एक सिंपल जी एक डायग्राम बना के दिखा दिना। अपने कोल सेंटर है, अपने कोल न्यूकलीस है, इस विच अपने कोल फस्ट शैल है, ये अपने कोल सैकेंड शैल है। हाँ जी, ये अपने कोल न्यूकलीस है। देखो जी, जो इस विच इत्थे इलैक्ट्रॉन है फस्ट शैल विच, इसने सैकेंड शैल दे विच जंप करना है, तो इस विच अपने कोल एनर्जी की होएगी अपने कोल एब्जॉर्ब होएगी। इट मीनस जो अपने कोल ई टू माइनस ई वन करके अपने कोल आएगा, किन्नी एनर्जी अपन चाहिए है सैकेंड एनर्जी लैवल दे विचों फस्ट वाली माइनस कर देंगे, अपने कोल उन्नी एनर्जी चाहिए है जो एक इलैक्ट्रॉन जंप हो सके दूसरे इलैक्ट्रॉन तक। इस विच हुण इसका अल्टर है, मान लो अपने कोल फस्ट शैल है, सेंटर विच अपने कोल न्यूकलीस है, अपने कोल सैकेंड शैल है। कहिंदा जो इलैक्ट्रॉन है सैकेंड शैल दे विचों फस्ट शैल विच आना चाहता है, इस विच की होएगी एनर्जी अमिट होएगी, एनर्जी बाहर निकलेगी, एनर्जी इमिटेड होएगी। किन्नी होएगी ए भी अपने कोल ई टू माइनस ई वन करके अपन पता लगेगा, ठीक है जी। एनर्जी इमिटेड किन्नी होएगी ई टू माइनस ई वन, इसनों तुसी याद रखना है। नेक्स्ट टॉपिक अपने कोल सक्सेस ऑफ बोहर मॉडल। हाँ जी, जो बोहर मॉडल दी की सक्सेस सी, की उसने कामयाबी हासिल की, उस बारे आप डिस्कस करते हैं। कहिंदा बोहर अटोमिक मॉडल एक्सप्लेन द स्टेबिलिटी ऑफ एन एटम। उसने एटम दी स्टेबिलिटी बारे आपनू एक्सप्लेन कर दिता भी किस तरह इलैक्ट्रॉन लॉस हो रहे हैं, किस तरह इलैक्ट्रॉन गेन हो रहे हैं, किन्नी एनर्जी एब्जॉर्ब करनगे जां किन्नी एनर्जी लॉस करनगे। सैकेंड अपने कोल बोहर कंसैप्ट ऑफ एटम एक्सप्लेन द सक्सैसफुली ऑफ द अटोमिक स्पैक्ट्रम ऑफ हाइड्रोजन एटम। उसने हाइड्रोजन दे एटम दी अपनू अटोमिक स्पैक्ट्रम बारे भी जानकारी अपनू दित्ती सी। हाँ जी, इस विच उसने की किया सी, कहिंदा सी जो अपने कोल एक ग्राउंड स्टेट हुंदी है, एक अपने कोल एक्साइटेड स्टेट हुंदी है। मैं तुहानू इस बारे थोड़ी जी मैं एक डायग्राम बना के क्लीयर करना चाहुंदा। हाँ जी, अपने कोल एक लैवल है, एक अपने कोल ए दूसरा लैवल है।
ਇਹ ਆਪਣੇ ਕੋਲ ਫਸਟ ਐਨਰਜੀ ਲੈਵਲ ਹੈ, ਇਸਨੂੰ ਆਪਾਂ E1 ਲਿਖਾਂਗੇ, ਇਸਨੂੰ ਆਪਾਂ E2 ਲਿਖਾਂਗੇ, ਸੈਕਿੰਡ ਐਨਰਜੀ ਲੈਵਲ ਹੈ। ਜੋ ਇਸ ਵਿੱਚ ਡਿਫਰੈਂਸ ਹੈ ਆਪਣੇ ਕੋਲ ਉਹ ਡੈਲਟਾ ਈ ਹੈ ਆਪਣੇ ਕੋਲ, ਚੇਂਜ ਇਨ ਐਨਰਜੀ। ਠੀਕ ਹੈ ਜੀ, ਜੋ ਆਪਣੇ ਕੋਲ ਪੂਰੀ ਲਾਈਨ ਹੈ ਆਪਣੇ ਕੋਲ, ਇਹ ਆਪਣੇ ਕੋਲ ਨੀਚੇ ਵਾਲੀ, ਇਸਨੂੰ ਆਪਾਂ ਕਹਾਂਗੇ ਗਰਾਊਂਡ ਸਟੇਟ। ਇਹ ਆਪਣੇ ਕੋਲ ਗਰਾਊਂਡ ਸਟੇਟ ਹੈ। ਉੱਪਰ ਵਾਲੀ ਆਪਣੇ ਕੋਲ ਐਕਸਾਈਟਡ ਸਟੇਟ ਹੈ। ਮੰਨ ਲਓ ਇਸ ਵਿੱਚੋਂ ਐਨਰਜੀ ਬਾਹਰ ਨਿਕਲ ਰਹੀ ਹੈ, ਕਿੰਨੀ ਹੈ ਆਪਣੇ ਕੋਲ, ਐਚ ਨਿਊ ਦੀ ਫੋਰਮ ਦੇ ਵਿੱਚ ਹੈ। ਜੋ ਇਸ ਵਿੱਚ ਆਪਣੇ ਕੋਲ ਚੇਂਜ ਇਨ ਐਨਰਜੀ ਹੋਏਗੀ, ਆਪਣੇ ਕੋਲ ਐਕਸਾਈਟਡ ਸਟੇਟ ਮਾਈਨਸ ਗਰਾਊਂਡ ਸਟੇਟ ਮਾਈਨਸ ਕਰਕੇ ਆਪਾਂ ਨੂੰ ਐਨਰਜੀ ਪਤਾ ਲੱਗ ਜਾਏਗੀ ਕਿੰਨੀ ਚੇਂਜ ਐਨਰਜੀ ਹੋ ਰਹੀ ਹੈ, ਉਹ ਆਪਣੇ ਕੋਲ ਐਚ ਨਿਊ ਦੇ ਇਕੁਅਲ ਹੋਏਗੀ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ। ਹਾਂਜੀ, ਮੰਨ ਲਓ ਆਪਣੇ ਕੋਲ ਇੱਕ ਹੋਰ ਆਪਾਂ ਸਟੇਟ ਲੈ ਕੇ ਚੱਲਦੇ ਹਾਂ, ਇਹ ਆਪਣੇ ਕੋਲ ਗਰਾਊਂਡ ਸਟੇਟ ਹੈ ਜਿਸਦਾ ਆਪਣੇ ਕੋਲ ਐਨਰਜੀ ਲੈਵਲ E1 ਹੈ, ਸੈਕਿੰਡ ਆਪਣੇ ਕੋਲ E3 ਹੈ, ਥਰਡ ਆਪਾਂ ਲੈ ਕੇ ਚੱਲਦੇ ਹਾਂ ਜੋ ਇਸ ਤੋਂ ਥੋੜ੍ਹਾ ਜਿਹਾ ਹਾਇਰ ਹੋਏਗਾ, ਜੋ ਇਸ ਵਿੱਚ ਐਨਰਜੀ ਦਾ ਗੈਪ ਹੈ ਆਪਣੇ ਕੋਲ ਡੈਲਟਾ E ਹੈ। ਉੱਪਰ ਵਾਲੀ ਆਪਣੇ ਕੋਲ ਐਕਸਾਈਟਡ ਸਟੇਟ ਰਹੇਗੀ ਪਹਿਲਾਂ ਵਾਂਗੂ। ਮੰਨ ਲਓ ਉੱਪਰੋਂ ਦੀ ਕੋਈ ਇਲੈਕਟ੍ਰੋਨ ਨੀਚੇ ਨੂੰ ਆ ਰਿਹਾ ਹੈ, ਉਸ ਵਿੱਚ ਐਨਰਜੀ ਐਚ ਨਿਊ ਹੈ, ਤਾਂ ਆਪਣੇ ਕੋਲ ਚੇਂਜ ਇਨ ਐਨਰਜੀ ਕਿੰਨੀ ਆਏਗੀ, E3 ਮਾਈਨਸ E1, ਉਹ ਵੀ ਆਪਣੇ ਕੋਲ ਐਚ ਨਿਊ ਦੇ ਇਕੁਅਲ ਹੀ ਹੋਏਗਾ। ਇਹ ਕੰਸੈਪਟ ਨੂੰ ਤੁਸੀਂ ਧਿਆਨ ਰੱਖਣਾ। ਕਹਿ ਰਿਹਾ ਜੀ ਐਕਸਾਈਟਡ ਸਟੇਟ ਦੇ ਵਿੱਚੋਂ ਗਰਾਊਂਡ ਸਟੇਟ ਦੀ ਐਨਰਜੀ ਮਾਈਨਸ ਕਰ ਦਾਂਗੇ, ਆਪਣੇ ਕੋਲ ਚੇਂਜ ਇਨ ਐਨਰਜੀ ਆਏਗੀ। ਜੇ ਐਨਰਜੀ ਲੈਵਲ E3 ਹੈ ਤਾਂ E3 ਦੇ ਵਿੱਚੋਂ E1 ਮਾਈਨਸ ਕਰ ਦਿਆਂਗੇ, ਉਹ ਵੀ ਆਪਣੇ ਕੋਲ ਚੇਂਜ ਇਨ ਐਨਰਜੀ ਆਏਗੀ, ਜੋ ਆਪਣੇ ਕੋਲ ਐਚ ਨਿਊ ਹੋਏਗੀ, ਦੋਨਾਂ ਕੇਸ ਦੇ ਵਿੱਚ ਇਕੁਅਲ ਹੋਏਗੀ। ਹਾਂਜੀ, ਨੈਕਸਟ ਹੈ ਆਪਣੇ ਕੋਲ, ਹਾਂਜੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਡਾਇਗਰਾਮ ਹੋਰ ਕਲੀਅਰ ਕਰਕੇ ਦਿਖਾ ਦਿੰਦਾ। ਜੇ ਮੰਨ ਲਓ ਆਪਣੇ ਕੋਲ ਚਾਰ ਸ਼ੈੱਲ ਹੈ, ਇੱਕ ਆਪਣੇ ਕੋਲ ਫਸਟ ਸ਼ੈੱਲ ਹੈ, ਸੈਕਿੰਡ ਹੈ, ਥਰਡ ਹੈ, ਫੋਰਥ ਹੈ। ਫਸਟ ਸ਼ੈੱਲ ਨੂੰ ਆਪਾਂ ਕੇ ਦਾ ਨਾਮ ਦਿੱਤਾ, ਫਿਰ ਸੈਕਿੰਡ ਐੱਲ ਹੈ, ਥਰਡ ਐੱਮ ਹੈ, ਫੋਰਥ ਐੱਨ ਹੈ। ਜੋ ਆਪਣੇ ਕੋਲ ਇਲੈਕਟ੍ਰੋਨ ਹੈ ਉਹ ਆਪਣੇ ਕੋਲ ਫੋਰਥ ਸ਼ੈੱਲ ਤੋਂ ਫਸਟ ਸ਼ੈੱਲ ਵਿੱਚ ਵੀ ਆਪਣੇ ਕੋਲ ਆ ਸਕਦਾ ਹੈ। ਜੋ ਆਪਣੇ ਕੋਲ ਇਲੈਕਟ੍ਰੋਨ ਕੋਈ ਵੀ ਹੈ ਫੋਰਥ ਤੋਂ ਥਰਡ ਸ਼ੈੱਲ ਵਿੱਚ ਵੀ ਆ ਸਕਦਾ ਹੈ, ਜਾਂ ਆਪਣੇ ਕੋਲ ਸੈਕਿੰਡ ਸ਼ੈੱਲ ਤੋਂ ਫਸਟ ਸ਼ੈੱਲ ਵਿੱਚ ਵੀ ਜੰਪ ਕਰ ਸਕਦਾ ਹੈ। ਫੋਰਥ ਤੋਂ ਥਰਡ ਵਿੱਚ ਵੀ ਜਾ ਸਕਦਾ ਹੈ, ਥਰਡ ਸ਼ੈੱਲ ਤੋਂ ਫਸਟ ਸ਼ੈੱਲ ਵਿੱਚ ਵੀ ਆ ਸਕਦਾ ਹੈ, ਜਾਂ ਆਪਣੇ ਕੋਲ ਫੋਰਥ ਤੋਂ ਥਰਡ ਸ਼ੈੱਲ ਵਿੱਚ ਆਏਗਾ, ਜਾਂ ਥਰਡ ਤੋਂ ਸੈਕਿੰਡ ਵਿੱਚ ਵੀ ਆ ਸਕਦਾ ਹੈ, ਜਾਂ ਆਪਣੇ ਕੋਲ ਸੈਕਿੰਡ ਤੋਂ ਫਸਟ ਗਰਾਊਂਡ ਲੈਵਲ 'ਤੇ ਵੀ ਆਪਣੇ ਕੋਲ ਇਲੈਕਟ੍ਰੋਨ ਜੰਪ ਕਰ ਸਕਦਾ ਹੈ। ਇਹ ਆਪਣੇ ਕੋਲ ਹੈ ਡਿਫਰੈਂਟ ਰੂਟਸ ਆਫ ਗਰਾਊਂਡ ਸਟੇਟ ਫਰੋਮ ਐਨ ਇਜ ਇਕੁਅਲ ਟੂ 4, ਮੀਨਸ ਫੋਰਥ ਸ਼ੈੱਲ ਦੇ ਵਿੱਚੋਂ ਡਿਫਰੈਂਟ ਡਿਫਰੈਂਟ ਗਰਾਊਂਡ ਲੈਵਲਸ ਦੇ ਉੱਤੇ ਇਲੈਕਟ੍ਰੋਨ ਦਾ ਆਉਣਾ। ਹਾਂਜੀ, ਇਸ ਵਿੱਚ ਹੈ ਆਪਣੇ ਕੋਲ ਥੋੜ੍ਹਾ ਜਿਹਾ, ਇਸ ਨੂੰ ਆਪਾਂ ਹੋਰ ਐਕਸਪਲੇਨ ਕਰਾਂਗੇ। ਮੈਂ ਇਸ ਨੂੰ ਹਾਈਡਰੋਜਨ ਸਪੈਕਟ੍ਰਮ ਦੀ ਗੱਲ ਕਰਨ ਜਾ ਰਿਹਾ, ਉਸ ਦੀ ਥੋੜ੍ਹੀ ਜਿਹੀ ਮੈਂ ਤੁਹਾਨੂੰ ਡਾਇਗਰਾਮ ਨਜ਼ਰ ਦੇ ਵਿੱਚ ਲਿਆਵਾਂ। ਦੇਖੋ ਜੀ, ਆਪਣੇ ਕੋਲ ਸ਼ੈੱਲ 1 ਹੈ, ਐਨ ਇਜ ਇਕੁਅਲ ਟੂ 1, ਦੈਨ ਐਨ ਇਜ ਇਕੁਅਲ ਟੂ 2 ਐੱਲ ਸ਼ੈੱਲ ਹੈ, ਦੈਨ 3 ਹੈ, ਦੈਨ 4 ਹੈ, ਦੈਨ 5 ਹੈ ਓ ਸ਼ੈੱਲ। ਆਪਣੇ ਕੋਲ ਜੋ ਅਦਰ ਸ਼ੈੱਲ ਹੋਣਗੇ ਉਹ ਅਲਫਾਬੈਟੀਕਲੀ ਚੱਲਣਗੇ, ਸਟਾਰਟ ਆਪਣੇ ਤੋਂ ਕੇ ਤੋਂ ਹੋਣਗੇ। ਦੇਖੋ ਜੀ, ਜੋ ਆਪਣੇ ਕੋਲ 5 ਸ਼ੈੱਲ ਹੈ, ਤਾਂ ਜੋ ਆਪਣੇ ਕੋਲ ਪਹਿਲਾ ਸ਼ੈੱਲ ਹੈ ਜੋ 5th ਤੋਂ ਆਪਣੇ ਕੋਲ ਫਸਟ ਗਰਾਊਂਡ ਸਟੇਟ ਵਿੱਚ ਫਾਲ ਕਰੇਗਾ, ਉਹ ਕੀ ਹੋਏਗਾ ਆਪਣੇ ਕੋਲ, ਉਸਨੂੰ ਲੈਮਨ ਸੀਰੀਜ਼। ਇਸ ਵਿੱਚ ਆਪਣੇ ਕੋਲ 5 ਸੀਰੀਜ਼ ਹੋਣਗੀਆਂ, ਫਸਟ ਸੀਰੀਜ਼ ਆਪਣੇ ਕੋਲ ਲੈਮਨ ਸੀਰੀਜ਼ ਹੋਏਗੀ, ਸੈਕਿੰਡ ਆਪਣੇ ਕੋਲ ਬਾਲਮਰ ਸੀਰੀਜ਼ ਹੋਏਗੀ। ਦੇਖੋ ਜੋ ਲੈਮਨ ਸੀਰੀਜ਼ ਹੈ ਅਲਟਰਾ ਵਾਇਲਟ ਹੋਣਗੀਆਂ, ਠੀਕ ਹੈ ਜੀ, ਇਸ ਨੂੰ ਹਾਇਰ ਵੇਵ ਲੈਂਥ ਦੇ ਅਕੋਰਡਿੰਗ ਇਸ ਨੂੰ ਅਰੇਂਜ ਕੀਤਾ ਗਿਆ ਹੈ। ਸੈਕਿੰਡ ਨੰਬਰ 'ਤੇ ਆਪਣੇ ਕੋਲ ਬਾਲਮਰ ਸੀਰੀਜ਼ ਹੋਣਗੀਆਂ, ਜੋ ਆਪਣੇ ਕੋਲ 5th ਲੈਵਲ ਤੋਂ ਆਪਣੇ ਕੋਲ ਸੈਕਿੰਡ ਲੈਵਲ ਤੱਕ ਆਉਣਗੀਆਂ। ਥਰਡ ਆਪਣੇ ਕੋਲ ਲੈਵਲ ਹੈ ਪਾਸਟਨ ਸੀਰੀਜ਼ ਹੈ, ਜੋ ਆਪਣੇ ਕੋਲ
ਇਨਫਰਾਰੈਡ ਰੇਡੀਏਸ਼ਨਸ ਹੋਣਗੀਆਂ। ਦੈਨ ਆਪਣੇ ਕੋਲ ਬ੍ਰੈਕਟ ਸੀਰੀਜ਼ ਹੈ, ਦੈਨ ਆਪਣੇ ਕੋਲ ਪੀ ਫੰਡ ਸੀਰੀਜ਼ ਹੈ। ਇਹ ਆਪਣੇ ਕੋਲ ਹਾਈਡਰੋਜਨ ਸਪੈਕਟ੍ਰਮ ਦੇ ਵਿੱਚ ਆਪਣੇ ਕੋਲ 5 ਸੀਰੀਜ਼ ਆਉਣਗੀਆਂ। ਪੇਪਰ 'ਚ ਕੁਸ਼ਚਨ ਵੀ ਆ ਸਕਦਾ ਹੈ, ਹਾਊ ਮੈਨੀ ਸਪੈਕਟ੍ਰਮ ਹਾਈਡਰੋਜਨ ਸਪੈਕਟ੍ਰਮ ਹੈਜ਼ ਦਾ ਸੀਰੀਜ਼, ਕਿੰਨੀਆਂ ਸੀਰੀਜ਼ ਹੋ ਸਕਦੀਆਂ। ਤਾਂ ਤੁਸੀਂ 5 ਸੀਰੀਜ਼ ਦੱਸੋਗੇ, ਫਿਰ ਉਸਨੂੰ ਤੁਸੀਂ ਕੀ ਕਰੋਗੇ, ਐਕਸਪਲੇਨ ਕਰੋਗੇ ਆਹ ਡਾਇਗ੍ਰਾਮ ਦੇ ਅਕੋਰਡਿੰਗ। ਹਾਂਜੀ, ਇਸ ਵਿੱਚ 5 ਸੀਰੀਜ਼ ਹੈ, ਲੈਮਨ ਸੀਰੀਜ਼, ਬਾਲਮਰ ਸੀਰੀਜ਼, ਪਾਸਟਨ ਸੀਰੀਜ਼, ਬ੍ਰੈਕਟ ਸੀਰੀਜ਼ ਐਂਡ ਪੀ ਫੰਡ ਸੀਰੀਜ਼। ਇਸ ਵਿੱਚ ਜੋ ਲੈਮਨ ਸੀਰੀਜ਼ ਹੈ, ਐਨ ਦੀ ਵੈਲਿਊ ਆਪਣੇ ਕੋਲ 2, 3, 4, 5 ਅਪ ਟੂ ਐਨ ਹੋ ਸਕਦੀ ਹੈ 1 ਤੱਕ। ਜੋ ਬਾਲਮਰ ਸੀਰੀਜ਼ ਹੈ, 3 ਤੋਂ ਸ਼ੁਰੂ ਹੋਏਗੀ, 3, 4, 5, 6 ਅਪ ਟੂ ਐਨ, ਐਨ ਦੀ ਵੈਲਿਊ ਇੱਥੇ ਆਪਣੇ ਕੋਲ 2 ਹੈ। ਜੋ ਪਾਸਟਨ ਸੀਰੀਜ਼ ਹੈ, ਉਹ ਐਨ ਦੀ ਵੈਲਿਊ 3 ਤੋਂ ਸ਼ੁਰੂ ਹੋ ਕੇ ਆਪਣੇ ਕੋਲ 4 ਤੱਕ ਮੂਵ ਕਰੇਗੀ। ਜੋ ਆਪਣੇ ਕੋਲ ਬ੍ਰੈਕਟ ਸੀਰੀਜ਼ ਹੈ, ਫਰੋਮ ਐਨ ਇਜ਼ ਇਕੁਅਲ ਟੂ 5, 6, 7 ਅਪ ਟੂ ਐਨ ਇਜ਼ ਇਕੁਅਲ ਟੂ 4। ਮੀਨਸ ਜੋ ਇੱਥੇ ਆਪਣੇ ਕੋਲ 2 ਹੈ, ਤਾਂ ਇੱਥੇ ਆਪਣੇ ਕੋਲ 1 ਹੈ, ਮੀਨਸ ਐਨ ਮਾਈਨਸ 1 ਚੱਲੇਗਾ। ਜੋ ਆਪਣੇ ਕੋਲ ਪੀ ਫੰਡ ਸੀਰੀਜ਼ ਹੈ, ਐਨ ਇਜ਼ ਇਕੁਅਲ ਟੂ 6 ਤੋਂ ਸਟਾਰਟ ਹੈ, 2 ਐਨ ਇਜ਼ ਇਕੁਅਲ ਟੂ 5, ਮੀਨਸ ਜੋ ਇਸ ਵਿੱਚੋਂ 1 ਮਾਈਨਸ ਕਰ ਦਿਆਂਗੇ, ਐਨ ਮਾਈਨਸ 1। ਹਾਂਜੀ, ਆਪਾਂ ਨੈਕਸਟ ਕਰਦੇ ਹਾਂ। ਜੋ ਇਸ ਦੀ ਆਪਣੇ ਕੋਲ ਸਕਸੈਸਰ ਸੀ, ਸਕਸੈਸ ਸੀ ਜੋ ਆਪਣੇ ਕੋਲ ਬੋਹਰ ਮਾਡਲ ਦਾ, ਥਰਡ ਪੁਆਇੰਟ ਆਪਾਂ ਕਰਨ ਜਾ ਰਹੇ ਹਾਂ। ਬੋਹਰ ਥਿਊਰੀ ਹੈਲਪਡ ਇਨ ਦਾ ਕੈਲਕੂਲੇਟਿੰਗ ਦਾ ਐਨਰਜੀ ਆਫ ਦਾ ਇਲੈਕਟ੍ਰੋਨ ਇਨ ਦਾ ਪਰਟੀਕੁਲਰ ਔਰਬਿਟ ਆਫ ਹਾਈਡਰੋਜਨ ਐਟਮ। ਬੋਹਰ ਨੇ ਆਪਾਂ ਨੂੰ ਹੈਲਪ ਕੀਤੀ ਐਨਰਜੀ ਆਫ ਇਲੈਕਟ੍ਰੋਨ ਨੂੰ ਕੈਲਕੂਲੇਟ ਕਰਨ ਵਾਸਤੇ, ਪਰਟੀਕੁਲਰ ਔਰਬਿਟ ਆਫ ਹਾਈਡਰੋਜਨ ਐਟਮ ਦੀ ਗੱਲ ਕੀਤੀ ਇਸਨੇ, ਵੀ ਆਪਾਂ ਹਾਈਡਰੋਜਨ ਐਟਮ ਦੀ ਪਰਟੀਕੁਲਰ ਇਲੈਕਟ੍ਰੋਨ ਦੀ ਆਪਾਂ ਐਨਰਜੀ ਕੈਲਕੂਲੇਟ ਕਰ ਸਕਦੇ ਹਾਂ। ਇਸ ਵਿੱਚ ਉਸਨੇ ਆਪਾਂ ਨੂੰ ਇੱਕ ਫਾਰਮੂਲਾ ਦੱਸਿਆ ਆਪਣੇ ਕੋਲ, ਜੋ ਆਪਾਂ ਲਾਸਟ ਲੈਕਚਰ ਵਿੱਚ ਕੀਤਾ ਸੀ, ਰੈਡਬਰਗ ਕੋਂਸਟੈਂਟ ਸੀ, ਉਸ ਦੇ ਅਕੋਰਡਿੰਗ ਇਸ ਨੂੰ ਆਪਾਂ ਅਰੇਂਜ ਕੀਤਾ ਹੈ, ਤਾਂ ਆਪਣੇ ਕੋਲ ਜੋ ਇਸ ਦੀ ਵੈਲਿਊ ਆਈ ਹੈ ਐਨਰਜੀ ਦੀ, ਹਾਂਜੀ, ਉਹ ਆਪਣੇ ਕੋਲ ਮਾਈਨਸ ਦੇ ਵਿੱਚ ਹੈ, -2π² ਐਮ ਈ ਦੀ ਪਾਵਰ 4 ਡਿਵਾਈਡ ਬਾਏ ਐਨ ਸਕੇਅਰ ਇੰਟੂ ਐਚ ਸਕੇਅਰ। ਇਹ ਆਪਣੇ ਕੋਲ ਐਨਰਜੀ ਕੈਲਕੂਲੇਟ ਕਰਨ ਦਾ ਆਪਣੇ ਕੋਲ ਇੱਕ ਮੈਥਡ ਹੈ, ਜੋ ਕਿ ਬੋਹਰ ਨੇ ਆਪਾਂ ਨੂੰ ਸੁਜੈਸਟ ਕੀਤਾ ਸੀ। ਨੈਕਸਟ ਹੈ ਆਪਣੇ ਕੋਲ, ਨੈਕਸਟ ਹੈ ਆਪਣੇ ਕੋਲ ਬੋਹਰ ਰੇਡੀਅਸ। ਬੋਹਰ ਰੇਡੀਅਸ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ, ਜੋ ਇਸਨੇ ਆਪਾਂ ਨੂੰ ਇੱਕ ਫਾਰਮੂਲਾ ਦਿੱਤਾ। ਹਾਂਜੀ, ਆਰ ਐਨ ਇਜ਼ ਇਕੁਅਲ ਟੂ ਐਨ ਸਕੇਅਰ ਐਚ ਸਕੇਅਰ ਡਿਵਾਈਡ ਬਾਏ 4π² ਐਮ ਈ ਸਕੇਅਰ ਜੈੱਡ। ਜੋ ਆਪਣੇ ਕੋਲ ਇਹ ਫਾਰਮੂਲਾ ਹੈ, ਇਸ ਨਾਲ ਆਪਾਂ ਬੋਹਰ ਰੇਡੀਅਸ ਫਾਈਂਡ ਆਊਟ ਕਰ ਸਕਦੇ ਹਾਂ। ਆਰ ਐਨ ਆਪਣੇ ਕੋਲ ਏ ਨੋਟ ਐਨ ਸਕੇਅਰ ਹੋ ਜਾਏਗਾ, ਜੇ ਆਪਾਂ ਜੈੱਡ ਦੀ ਵੈਲਿਊ ਹੈ ਆਪਣੇ ਕੋਲ 1 ਹੋਏਗੀ। ਕਿਉਂ? ਕਿਉਂਕਿ ਹਾਈਡਰੋਜਨ ਐਟਮ ਦੀ ਗੱਲ ਕਰ ਰਿਹਾ, ਹਾਈਡਰੋਜਨ ਐਟਮ ਦਾ ਜੋ ਆਪਣੇ ਕੋਲ ਮਾਸ ਨੰਬਰ ਜਾਂ ਐਟੋਮਿਕ ਨੰਬਰ ਆਪਣੇ ਕੋਲ 1 ਹੁੰਦਾ ਹੈ। ਇਸ ਨਾਲ ਆਪਾਂ ਤੁਸੀਂ ਬੋਹਰ ਰੇਡੀਅਸ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਇਸ ਵਿੱਚ ਹੈ ਆਪਣੇ ਕੋਲ ਇੱਕ, ਜੋ ਹਾਈਡਰੋਜਨ ਆਇਨ ਦੀ ਗੱਲ ਕਰਦਾ, 4 ਹਾਈਡਰੋਜਨ ਆਇਨ। ਹਾਈਡਰੋਜਨ ਆਇਨ ਵਾਸਤੇ ਆਪਾਂ ਕੀ ਯੂਜ਼ ਕਰਾਂਗੇ? ਆਰ ਐਨ ਇਜ਼ ਇਕੁਅਲ ਟੂ ਏ ਨੋਟ ਐਨ ਸਕੇਅਰ ਡਿਵਾਈਡ ਬਾਏ ਜੈੱਡ। ਜੋ ਇਹ ਆਪਣੇ ਕੋਲ ਮੈਥਡ ਹੋਏਗਾ, ਇਹ ਆਇਨ ਵਾਸਤੇ ਆਪਣੇ ਕੋਲ ਬਹੁਤ ਹੀ ਲਾਭਕਾਰੀ ਰਹੇਗਾ। ਨੈਕਸਟ ਹੈ ਆਪਣੇ ਕੋਲ ਵਿਲੋਸਟੀ ਆਫ ਇਲੈਕਟ੍ਰੋਨ ਇਨ ਐਨੀ ਔਰਬਿਟ। ਵਿਲੋਸਟੀ ਆਫ ਇਲੈਕਟ੍ਰੋਨ ਇਨ ਐਨੀ ਔਰਬਿਟ। ਹਾਂਜੀ, ਕਿਸੇ ਵੀ ਔਰਬਿਟ ਦੇ ਵਿੱਚ ਜੋ ਆਪਾਂ ਇਲੈਕਟ੍ਰੋਨ ਦੀ ਵਿਲੋਸਟੀ ਫਾਈਂਡ ਆਊਟ ਕਰਨੀ ਹੈ, ਉਹ ਕਿਸ ਤਰ੍ਹਾਂ ਨਾਲ ਕਰ ਸਕਦੇ ਹਾਂ? ਜੋ ਆਪਣੇ ਕੋਲ ਵਿਲੋਸਟੀ ਹੋਏਗੀ, ਐਨ ਐਚ ਡਿਵਾਈਡ ਬਾਏ 2π mr। ਜੋ ਆਪਣੇ ਕੋਲ ਇਹ ਮੈਥਡ ਹੈ, ਜੋ ਫਾਰਮੂਲਾ ਹੈ, ਇਸ ਨਾਲ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਹਾਂਜੀ, ਜੇ ਇਸ ਵਿੱਚ ਆਰ ਫਿਲ ਕਰ ਦਿੰਦੇ ਹਾਂ ਆਪਾਂ, ਜੇ ਆਪਾਂ ਆਰ ਦੀ ਵੈਲਿਊ ਫਿਲ ਕਰ ਦਈਏ, ਜੋ ਆਪਾਂ ਆਰ ਦੀ ਵੈਲਿਊ
कैलकुलेट कीती है उपर हाँ जी इफ वी सबस्टिट्यूट वैल्यू ऑफ आर तो अपने कोल की मान जाएगी अपने कोल वेलोसिटी दी 2 पाई ई स्केयर जेड डिवाइड बाय एन एच ये अपने कोल इसका जो आंसर आएगा अपन इसकी वेलोसिटी फाइंड आउट कर सकते हैं। नेक्स्ट है अपने कोल नंबर ऑफ रेवोल्यूशनज आप फाइंड आउट करनी है नंबर ऑफ रेवोल्यूशनज हाँ जी इलेक्ट्रॉन दी आप फाइंड आउट करनी है नंबर ऑफ रेवोल्यूशनज वो किन्ना होएगा अपने कोल वेलोसिटी ऑफ इलेक्ट्रॉन डिवाइड बाय सरकमफेरेंस ऑफ ऑर्बिट होएगा हाँ जी वेलोसिटी अपने कोल वी है सरकमफेरेंस अपने कोल 2 पाई आर होएगा क्यों क्योंकि जो अपने कोल एक इलेक्ट्रॉन है सर्कुलर पोजीशन दे विच अपने कोल की कर रहा है जी मूव कर रहा है तो इस विच तुसी आर दी वैल्यू फिल कर दोगे आर दी वैल्यू फिल करके अपने कोल नंबर ऑफ रेवोल्यूशनज आ जाएगियां हाँ जी नंबर ऑफ रेवोल्यूशनज अपने कोल की आएगा 2 पाई एम वी जेड ई स्केयर डिवाइड बाय एन स्केयर एच स्केयर ये अपने कोल नंबर ऑफ रेवोल्यूशनज फाइंड आउट करन दा एक अपने कोल मैथड आ गया है। हाँ जी अपने कोल एक न्यूमेरिकल है आप न्यूमेरिकल सॉल्व करते हैं कहिंदा है कैलकुलेट द एनर्जी ऑफ एसोसिएटेड विद द फर्स्ट ऑर्बिट ऑफ हीलियम आयन व्हाट इज़ द रेडियस ऑफ ऑर्बिट कहिंदा जी आपां एनर्जी भी फाइंड आउट करनी है ते आपां उसका रेडियस भी आपां फाइंड आउट करना है। हाँ जी इसनों आपां सॉल्व करते हैं हाँ जी एनथ ऑर्बिट का जो एनर्जी है अपने कोल हाँ जी एनर्जी ऑफ एनथ ऑर्बिट की मैं गल करा तो अपने कोल ई एन है आप हमने करके आए हाँ हाँ जी इस विच वैल्यू फिल कर दें आप माइनस 2.18 इंटू 10 रेज पावर माइनस 18 जेड स्केयर डिवाइड बाय एन स्केयर ये अपने कोल जाउल पर एटम अपने कोल जो इसका यूनिट है जाउल पर एटम होएगा। हाँ जी फस्ट ऑर्बिट की गल करते हैं अपने कोल फस्ट ऑर्बिट की गल कह रहा सीगा फस्ट ऑर्बिट मीनस अपने कोल जेड की वैल्यू 2 है तो अपने कोल ऑर्बिट है एन इज इक्वल टू 1 है मीनस एन की वैल्यू 1 फर इन फिल कर दें ई 1 एनर्जी 1 लैवल का कि आएगा माइनस 2.18 इंटू 10 रेज पावर माइनस 18 डिवाइड बाय 1 स्केयर जेड है अपने कोल तो जेड की वैल्यू अपने कोल 2 है तो अपने कोल 2 स्केयर आ जाएगा इसनों कैलकुलेट करांगे तो माइनस 8.72 इंटू 10 रेज पावर माइनस 18 जाउल आएगा अपने कोल। हाँ जी इस तो बाद अपना रेडियस फाइंड आउट करना है रेडियस ऑफ एनथ ऑर्बिट ओ की हुंदा अपने कोल आर एन इज इक्वल टू 0.0529 एन स्केयर डिवाइड बाय जेड नैनोमीटर दे विच होएगा ये तुसी वैल्यू याद रखनी है आर एन दी जो मैं पिछे करा के आया उस विच मैं ये लिखिया नहीं है उसनू कैलकुलेट करके अपने कोल इन्नी एनर्जी अपने कोल जो रेडियस है वो अपने कोल आएगा। हाँ जी आर एन दी वैल्यू अपने कोल किन्नी हो जाएगी हाँ जी 0.0529 मल्टीप्लाई 1 द स्केयर डिवाइड बाय जेड अपने कोल 2 है तो इसनों सॉल्व कर लो आर एन की वैल्यू सॉल्व करके मेरे कोल 0.02645 नैनोमीटर अपने कोल आ जाएगा। ठीक है जी नेक्स्ट आप करते हैं हुण अपने कोल कुछ बोहर अटोमिक थ्योरी दियाँ कुछ लिमिटेशंस है जिथे अपने कोल कुछ एडवांटेज होंगे है पोस्टुलेट होंगे है उस दे कुछ ना कुछ लिमिटेशंस जरूर होनगियां। हाँ जी इस विच की कहिंदा है इट कुड नॉट एक्सप्लेन द फाइनल डिटेल्स ऑफ हाइड्रोजन स्पेक्ट्रम ऑब्जर्वड यूजिंग द सोफिस्टिकेटेड स्पेक्ट्रोस्कोप टेक्नीक्स कहिंदा स्पेक्ट्रोस्कोपिक टेक्नीक्स नाल भी उसने जो अपने कोल सीरीज दसियां सी हाइड्रोजन स्पेक्ट्रम दियां
ਉਸ ਨੂੰ ਚੰਗੀ ਤਰ੍ਹਾਂ ਉਹ ਐਕਸਪਲੇਨ ਨਹੀਂ ਕਰ ਸਕਿਆ। ਹਾਂਜੀ ਸੈਕਿੰਡ ਪੁਆਇੰਟ ਹੈ ਇਸ ਵਿੱਚ, ਹਾਂਜੀ ਸੈਕਿੰਡ ਪੁਆਇੰਟ ਹੈ ਇਸ ਵਿੱਚ, ਇਟ ਕੁੱਡ ਨੋਟ ਐਕਸਪਲੇਨ ਦ ਲਾਈਨ ਸਪੈਕਟਰਾ ਆਫ ਐਟਮ ਕੰਟੇਨਿੰਗ ਮੋਰ ਦੈਨ ਵਨ ਇਲੈਕਟ੍ਰੋਨ ਕਾਲਡ ਮਲਟੀ ਇਲੈਕਟ੍ਰੋਨ ਐਟਮ। ਉਸਨੇ ਐਕਸਪਲੇਨ ਨਹੀਂ ਕੀਤਾ ਕਿ ਜੋ ਲਾਈਨ ਸਪੈਕਟਰਾ ਹੈ ਐਟਮ ਦਾ, ਉਸ ਵਿੱਚ ਇੱਕ ਤੋਂ ਜ਼ਿਆਦਾ ਇਲੈਕਟ੍ਰੋਨ ਹੋ ਸਕਦੇ ਹੈ ਕਿ ਨਹੀਂ ਹੋ ਸਕਦੇ, ਜਿਸ ਨੂੰ ਆਪਾਂ ਮਲਟੀ ਇਲੈਕਟ੍ਰੋਨ ਐਟਮ ਕਹਿ ਦਿੰਦੇ ਹਾਂ। ਹਾਂਜੀ ਥਰਡ ਹੈ ਆਪਣੇ ਕੋਲ, ਇਟ ਕੁੱਡ ਨੋਟ ਐਕਸਪਲੇਨ ਦਾ ਇਫੈਕਟ ਆਫ ਮੈਗਨੈਟਿਕ ਫੀਲਡ ਦ ਸਪੈਕਟਰਾ ਆਫ ਐਟਮ, ਜਿਸ ਨੂੰ ਆਪਾਂ ਜੀ ਮੈਨ ਇਫੈਕਟ ਕਹਿ ਦਿੰਦੇ ਹਾਂ। ਇਸਨੇ ਮੈਗਨੈਟਿਕ ਇਫੈਕਟ ਬਾਰੇ ਵੀ ਕੋਈ ਐਕਸਪਲੇਨ ਨਹੀਂ ਕੀਤਾ, ਨਾ ਹੀ ਇਸਨੇ ਆਪਾਂ ਨੂੰ ਇਲੈਕਟ੍ਰਿਕ ਫੀਲਡ ਬਾਰੇ ਦੱਸਿਆ, ਜਿਸ ਨੂੰ ਆਪਾਂ ਸਟਾਰਕ ਇਫੈਕਟ ਆਪਾਂ ਕਹਿੰਦੇ ਹਾਂ। ਲਾਸਟ ਆਪਣੇ ਕੋਲ, ਇਟ ਕੁੱਡ ਨੋਟ ਐਕਸਪਲੇਨ ਦਾ ਸ਼ੇਪਸ ਆਫ ਮੋਲੀਕਿਊਲਸ ਅਰਾਈਜ਼ਿੰਗ ਆਊਟ ਦਾ ਡਾਇਰੈਕਸ਼ਨਲ ਬੋਂਡਿੰਗ ਬਿਟਵੀਨ ਐਟਮ। ਉਸਨੇ ਐਕਸਪਲੇਨ ਇਹ ਕਰਨ ਵਿੱਚ ਫੇਲ ਹੋ ਗਿਆ ਵੀ ਉਸਦੀ ਜੋ ਮੋਲੀਕਿਊਲ ਦੇ ਜੋ ਆਪਣੇ ਕੋਲ ਪਰਟੀਕੁਲਰ ਸਾਈਜ਼ ਹੈ, ਸ਼ੇਪਸ ਹੈ, ਉਹ ਉਸਦੇ ਡਾਇਰੈਕਸ਼ਨਲ ਬਾਉਂਡਿੰਗ ਬਿਟਵੀਨ ਐਟਮਸ ਦੇ ਵਿੱਚ ਕਿਸ ਤਰ੍ਹਾਂ ਦੀ ਹੈ, ਇਹ ਉਸਨੇ ਐਕਸਪਲੇਨ ਨਹੀਂ ਕੀਤਾ। ਹਾਂਜੀ ਅੱਜ ਦੇ ਲੈਕਚਰ ਵਿੱਚ ਆਪਾਂ ਇੰਨਾ ਹੀ ਕਰਾਂਗੇ, ਕੱਲ੍ਹ ਆਪਾਂ ਫਿਰ ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ, ਮਾਡਰਨ ਕਨਸੈਪਟ ਲੈ ਕੇ ਆਵਾਂਗੇ। ਇਸ ਲਈ ਤੁਸੀਂ ਇਸ ਨੂੰ ਵੱਧ ਤੋਂ ਵੱਧ ਤੁਸੀਂ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ, ਅਤੇ ਇਸ ਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਜੋ ਨਿਊ ਸਬਸਕ੍ਰਾਈਬਰ ਨੇ, ਜੋ ਨਿਊ ਵਾਚਰ ਨੇ, ਉਸ ਇਸ ਨੂੰ ਆਪਾਂ ਕੀ ਕਰਨਾ ਹੈ ਜੀ, ਸਬਸਕ੍ਰਾਈਬ ਕਰ ਦੇਣਾ ਹੈ ਚੈਨਲ ਨੂੰ, ਐਂਡ ਜੋ ਆਪਣੇ ਕੋਲ ਬੈੱਲ ਆਈਕੋਨ ਹੋਏਗਾ ਉਸ ਨੂੰ ਤੁਸੀਂ ਕੀ ਕਰ ਦੇਣਾ ਹੈ ਜੀ, ਪ੍ਰੈਸ ਕਰ ਦੇਣਾ ਹੈ। ਠੀਕ ਹੈ ਜੀ, ਥੈਂਕ ਯੂ ਐਂਡ ਹੈਵ ਏ ਨਾਈਸ ਡੇ।